ਜੰਗਲ ਚੋਣ 2017 ਵਿੱਚ ਜਿੱਥੇ ਹਰ ਪਾਰਟੀ ਆਪਣੇ ਆਪ ਨੂੰ ਸੱਤਾ ਤੇ ਕਬਜ਼ਾ ਕਰਨ ਲਈ ਹਾਰੀ ਕਮਾਂਜ ਨੂੰ ਆਪਣੇ ਨਾਲ ਜੋੜ ਰਹੀ ਏ ਉੱਥੇ ਹੁਣ ਗੁੱਜਰ ਭਾਈਚਾਰਾ ਵੀ ਮੌਜੂਦਾ ਸਰਕਾਰ ਦੀ ਰਣਨੀਤੀ ਵੱਲੋਂ ਦੁਖੀ ਨਜ਼ਰ ਆਇਆ ਮੁਸਲਮਾਨ ਭਾਈਚਾਰਾ ਵੀ ਗੜ ਜੋੜ ਸਰਕਾਰ ਵੱਲੋਂ ਆਉਣ ਵਾਲੀਆਂ ਚੋਣਾਂ ਵਿੱਚ ਕਿਨਾਰਾ ਕਰ ਸਕਦਾ ਏ ਆਉਣ ਵਾਲੇ ਸਮੇਂ ਵਿੱਚ ਗੁੱਜਰ ਭਾਈਚਾਰੇ ਵੱਲੋਂ ਕਿਸੇ ਰਾਜਨੀਤਿਕ ਪਾਰਟੀ ਨੂੰ ਸਮਰਥਨ ਦੇਣ ਬਾਰੇ ਵਿਚਾਰ ਹੋ ਸਕਦਾ ਏ ਜਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾ ਨਗਰ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਜਾਮਾ ਮਾਜ਼ ਦੇ ਵਿੱਚ ਜਸ਼ਨ ਮਿਲਾਦ ਨਬੀ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ ਜਿਸ ਦੀ ਅਗਵਾਈ ਮੁਸਲਮਾਨ ਭਾਈਚਾਰੇ ਦੇ ਜ਼ਿਲ੍ਹਾ ਪ੍ਰਧਾਨ ਸੌਰਮੋਦੀ ਨੇ ਕੀਤੀ ਜਿਸ ਵਿੱਚ ਪੰਜਾਬ ਤੇ ਜੰਮੂ ਕਸ਼ਮੀਰ ਦੇ ਭਾਰੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਨੇ ਸ਼ਰਕਤ ਕੀਤੀ ਉਹਨਾਂ ਨੇ ਆਪਸੀ ਭਾਈਚਾਰੇ ਅਤੇ ਦੇਸ਼ ਦੀ ਅਖੰਡਤਾ ਲਈ ਸਾਇਆ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਾਡਾ ਦੇਸ਼ ਤਾਂ ਹੀ ਅੱਗੇ ਵਧ ਸਕਦਾ ਹੈ ਜੇਕਰ ਸਾਡੇ ਦੇਸ਼ ਦੇ ਨੌਜਵਾਨ ਅੱਗੇ ਆਉਣਗੇ। ਇਸ ਮੌਕੇ ਉਹਨਾਂ ਨੇ ਭਾਜਪਾ ਅਤੇ ਇਕੱਲੀ ਪਾਰਟੀ ਦੇ ਪ੍ਰਤੀ ਆਪਣਾ ਰੋਸ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਇਹਨਾਂ ਸੱਤਾਧਾਰੀ ਪਾਰਟੀਆਂ ਵੱਲੋਂ ਮੁਸਲਮਾਨ ਭਾਈਚਾਰੇ ਦੇ ਨਾਲ ਵਿਤਕਰੇ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਮੁਸਲਮਾਨ ਭਾਈਚਾਰੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਮੁਸਲਮਾਨ ਭਾਈਚਾਰੇ ਨੂੰ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਸਰਕਾਰ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਵਰਕ ਬੋਰਡ ਜੋ ਮੁਸਲਮਾਨਾਂ ਲਈ ਬਣਾਇਆ ਗਿਆ ਹੈ ਪਿਛਲੇ 10 ਸਾਲਾਂ ਤੋਂ ਮੁਸਲਮਾਨ ਭਾਈਚਾਰੇ ਦੇ ਕਿਸੇ ਵਿਅਕਤੀ ਨੂੰ ਵੀ ਇਸ ਵਿੱਚ ਨਹੀਂ ਲਿਆ ਗਿਆ ਜਸ ਦੇ ਕਾਰਨ ਗੁੱਜਰਪਾਈਚਾਰੇ ਵਿੱਚ ਬਹੁਤ ਭਾਰੀ ਰੋਸ ਹੈ ਕਿਉਂਕਿ ਉਹਨਾਂ ਨੇ ਗਠਜੋੜ ਸਰਕਾਰ ਦਾ ਵਾਅਦਾ ਛੱਡ ਕੇ ਸਾਹ ਦਿੱਤਾ ਸੀ ਸਰਕਾਰ ਵੱਲੋਂ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਆਉਣ ਵਾਲੇ ਸਮੇਂ ਵਿੱਚ ਗੁੱਜਰਪਾਈਚਾਰੇ ਵੱਲੋਂ ਕਿਸੇ ਰਾਜਨੀਤਿਕ ਪਾਰਟੀ ਨੂੰ ਸਮਰਥਨ ਦੇਣ ਦੇ ਬਾਰੇ ਵਿੱਚ ਵਿਚਾਰ ਕੀਤਾ ਜਾ ਸਕਦਾ ਹੈ ਪਰੰਤੂ ਉਹਨਾਂ ਵੱਲੋਂ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ ਗੁਰਦਾਸਪੁਰ ਤੋਂ ਦੀਪਕ ਕੁਮਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਗੁਜਰ ਕੌਮ ਜਿਹੜੀ ਆ ਉਹ ਬੜੀ ਜੱਬੀ ਕੁਚਲੀ ਹੈ ਸੁਣੇ ਸਾਡੇ ਬਹੁਤ ਸਾਰੇ ਕਬਰਿਸਤਾਨ ਬਹੁਤ ਸਾਰੇ ਮਦਰਸੇ ਬਹੁਤ ਸਰੀਆਂ ਮਸਜਿਦਾਂ ਜਿਹੜੀਆਂ ਪੰਜਾਬ ਦੇ ਵਿੱਚ ਗੈਰਵਾਦ ਨੇ ਸਰਕਾਰ ਤੇ ਸਰਕਾਰ ਦੇ ਨੁਮਾਇੰਦੇ ਜਾਂ ਵਕਫ ਬੋਰਡ ਦੇ ਨੁਮਾਇੰਦੇ ਬਿਲਕੁਲ ਉਹਨਾਂ ਨੂੰ ਧਿਆਨ ਨਹੀਂ ਦਿੰਦੀ ਖਾਸ ਕਰਕੇ ਗੁਰਦਾਸਪੁਰ ਔਰ ਪਠਾਨਕੋਟ ਅੰਮ੍ਰਿਤਸਰ ਇਸ ਇਲਾਕੇ ਦੇ ਵਿੱਚ ਬਿਲਕੁਲ ਹੀ ਬਹੁਤ ਮਾੜਾ ਹਾਲ ਹੈ ਖਾਸ ਕਰਕੇ ਦੀਨਾ ਨਗਰ ਸਾਡੇ ਦੇ ਵਿੱਚ ਤਾਂ ਬਿਲਕੁਲ ਹੀ ਕੋਈ ਸੁਣਾਈ ਨਹੀਂ ਆ ਅਸੀਂ ਇਸ ਚੈਨਲ ਦੇ ਤੁਹਾਡੇ ਦਰੀਏ ਸਰਕਾਰ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਕਿ ਏਡੀ ਵੱਡੀ ਗੁੱਜਰ ਕਮਿਊਨਿਟੀ ਮੁਸਲਮਾਨ ਕਮਿਊਨਿਟੀ ਇੱਥੇ ਹੋਣ ਦੇ ਕਾਰਨ ਫਿਰ ਵੀ ਸਾਡੀ ਕੋਈ ਸੁਣਾਈ ਨਾ ਹੋਏ ਅੱਜ ਦੀ ਸਰਕਾਰ ਦੇ ਨਾਲ ਅਸੀਂ ਖੜੇ ਆਂ ਸਾਡਾ ਸਰਕਾਰ ਦੇ ਵਿੱਚ ਕੋਈ ਪੁੱਛਣ ਦਾ ਅਸਨ ਵਾਲਾ ਕੁਝ ਨਾ ਹੋਏ ਤੇ ਬੜੀ ਦੁਖਦੀ ਗੱਲ ਹੈ ਅਗਰ ਇਹੋ ਹੀ ਹਾਲਾਤ ਰਹਿ ਤੇ ਆਉਣ ਵਾਲੇ ਸਮੇਂ 'ਚ ਗੁੱਜਰ ਸਮਾਜ ਜਿਹੜਾ ਹੈ ਮੌਜੂਦਾ ਸਰਕਾਰ ਨੂੰ ਸਮਰਥਨ ਦੇਣ ਦੇ ਬਾਰੇ ਸੋਚੇਗਾ ਕਿ ਦੇਣਾ ਜਾਂ ਨਹੀਂ ਦੇਣਾ ਜਿਹੜੇ ਸਾਡੇ ਹਾਲਾਤ ਹੀ ਸਰਕਾਰ ਨੇ ਕਰਤੇ ਨੇ ਅਸੀਂ ਬੜੇ ਵੱੜ ਚੜ ਕੇ ਸਰਕਾਰ ਨੂੰ ਸਾਥ ਦਿੱਤਾ ਹੈ ਲੇਕਿਨ ਸਾਡਾ ਸਾਥ ਜਿਹੜੀ ਸਰਕਾਰ ਨਹੀਂ ਜ਼ਿਆਦਤੀ ਹੋ ਰਹੀ ਹੈ ਔਰ ਇੱਕ ਮਲੇਰ ਕੋਡਲੇ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਗੁੱਜਰ ਮੁਸਲਮਾਨਾਂ ਦੀ ਬੋਰ ਜ਼ਿਆਦਾ ਹੈ ਔਰ ਉਹਨਾਂ ਨੂੰ ਆਪਣਾ ਮਿਲਦਾ ਹੋਇਆ ਹੱਕ ਨਹੀਂ ਮਿਲ ਰਿਹਾ ਕੋਈ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਕੋਈ ਉਹਨਾਂ ਦੀ ਸੁਣ ਨਹੀਂ ਰਿਹਾ ਇਸ ਗੱਲ ਦੀ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਆਵਾਜ਼ ਆਪਣੇ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਬਾਕੀ ਜੋ ਸਰਮੂ ਸਾਹਿਬ ਨੇ ਕਿਹਾ ਕਿ ਅੱਗੇ ਵਾਸਤੇ ਇਲੈਕਸ਼ਨ ਆਣ ਵਾਲੇ ਹੈਗੇ ਆ ਇਹਦੇ ਬਾਰੇ ਸਾਨੂੰ ਸੂਚਨਾ ਪੜਣਾ ਹੈ ਜੇ ਸਾਡੇ ਨਾਲ ਇਹੋ ਹੀ ਵਰਤਾਰਾ ਹੋ ਰਿਹਾ ਇਹ ਸਾਡੇ ਨਾਲ ਕੰਮ ਰਿਹਾ ਫਿਰ ਅੱਗੇ ਵਾਸਤੇ ਅਸੀਂ ਸੋਚਾਂਗੇ ਕਿ ਸਰਕਾਰ ਨੂੰ ਤੁਸੀਂ ਸਮਰਥਨ ਕਰਨ ਜਾ ਰਹੇ ਹੋ ਨਹੀਂ ਅਸੀਂ ਕਿਸੇ ਨੂੰ ਅੱਜ ਅਸੀਂ ਕਹਿ ਰਹੇ ਅੱਜ ਸਮਰਥਨ ਸਾਡਾ ਹੈਗਾ ਕਾਲੀ ਬੀਜੇਪੀ ਨੂੰ ਮਗਰ ਉਹ ਸਾਡੇ ਨਾਲ ਬੇਇਨਸਾਫੀ ਕਰ ਰਹੀ ਹੈ ਅਗਰ ਐਸੀ ਬੇਇਨਸਾਫੀ ਕਰੇਗੀ ਤਾਂ ਫਿਰ ਅਸੀਂ ਸੋਚਾਂਗੇ ਕਿੱਧਰ ਜਾਣਾ ਅਸੀਂ ਕਿੱਧਰ ਨਹੀਂ ਜਾਣਾ